ਸਸਿਕਾ ਜੀ, ਮੈਂ ਤੁਹਾਡਾ ਆਪਣਾ ਵੀਰ ਗੁਰਦਾਸਕਰ ਜੀ, ਬੜੀਆਂ ਜਾਣਾ। ਸੋ ਅੱਜ ਅਸੀਂ ਆਏ ਹਾਂ ਜਗਰਾਓਂ ਉੱਤੇ, ਦੇਖ ਸਕਦੇ ਜਿੱਥੇ ਕਿ ਆਪਾਂ ਹਿੰਦੂ ਧਰਮ ਦੇ ਵਿੱਚ ਆਪਾਂ ਦੇਖ ਸਕਦੇ, ਜਿੱਥੇ ਕਿ ਆਹ ਕੁਛ ਹੀ ਦਿਨ ਪਹਿਲਾਂ ਜਿਹੜੀ ਗੋਲ ਦੀ ਹੱਤਿਆ ਕੀਤੀ ਗਈ। ਉਸ ਦੇ ਵਿੱਚ ਸਾਡੇ ਹਿੰਦੂ ਧਰਮ ਦੇ ਵਿੱਚ ਜਿੰਨੇ ਵੀ ਸੰਸਥਾਵਾਂ ਇਕੱਠੀਆਂ ਹੋ ਕੇ ਉਹਨਾਂ ਨੇ ਇੱਕ ਰੋਸ ਪੰਜਾਬ ਸਰਕਾਰ ਅੱਗੇ ਧਰਨਾ ਲਾਇਆ ਵੀ ਸਾਡੀਆਂ ਕਦੇ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਔਰ ਹਮੇਸ਼ਾ ਸਾਡੇ ਨਾਲ ਧੱਕਾ ਹੁੰਦਾ ਆ। ਔਰ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ਨੇ ਸਾਰੇ ਜੋ ਕਿ ਆਪਣੇ ਉਹਨਾਂ ਦੇ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆ। ਸਭ ਨਾਲ ਤੁਹਾਡਾ ਗੁਰਦਾਸ ਮਲੇਰਕੋਟਲਾ ਦੇ ਵਿੱਚ ਪਿੱਛੇ ਦੇਖਿਆ ਲੁਧਿਆਣੇ ਦੇ ਵਿੱਚ ਗਾਂ ਕੱਟੀ ਜਾਂਦੀ ਹੈ। ਮਤਲਬ ਕਿੰਨਾ ਵੱਡਾ ਸਾਡੇ ਵੀਰਾਂ ਨੂੰ ਦੁੱਖ ਪਹੁੰਚਿਆ ਕਿ ਸਾਡੇ ਅੱਜ ਵਿਧਾਇਕ ਸਾਡੇ ਹਿੰਦੂ ਹੋ ਕੇ ਪੰਜਾਬ ਦੇ ਕਿਸੇ ਨੇ ਅੱਜ ਤੱਕ ਇਹ ਨਹੀਂ ਆ ਕੇ ਪੁੱਛਿਆ ਕੀ ਹੋਇਆ ਵੈ, ਕਿਆ ਕਿਆ ਉਹਨਾਂ ਦੀ ਗਊ ਮਾਤਾ ਨਹੀਂ ਹੈਗੀ, ਕਿਆ ਉਹ ਉਹਨਾਂ ਦੇ ਮੰਦਰ ਨਹੀਂ ਟੁੱਟੇ। ਮਤਲਬ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਹੁਣ ਆਉਣ ਵਾਲੇ ਚੁਣਾਵ ਦਿਨਾਂ ਦੇ ਵਿੱਚ ਹਿੰਦੂ ਸਮਾਜ ਇਹਨਾਂ ਨੂੰ ਜਵਾਬ ਜ਼ਰੂਰ ਦੇਗਾ, ਹਿੰਦੂ ਜਾਗ ਗਿਆ ਵੈ ਔਰ ਅੱਜ ਹਿੰਦੂ ਦੀ ਜਾਨ ਦਾ ਤੁਸੀਂ ਦੇਖਿਆ ਵੈ ਕਿ ਹਿੰਦੂ ਸਮਾਜ ਜਿਹੜਾ ਇੱਕ ਹੋ ਗਿਆ ਵੈ। ਸਾਨੂੰ ਬੜੇ ਮਨ 'ਚ ਖੁਸ਼ੀ ਹੈ ਕਿ ਅੱਜ ਸਾਡਾ ਹਿੰਦੂ ਸਮਾਜ ਇੱਕ ਹੋਇਆ ਹੋਇਆ। ਮੇਰੇ ਮਨ 'ਚ ਵੀ ਬਹੁਤ ਖੁਸ਼ੀ ਹੈ ਕਿ ਸਾਡਾ ਸਮਾਜ ਇੱਕ ਮੰਚ 'ਤੇ ਖੜਾ ਹੋਇਆ ਹੋਇਆ, ਕਿ ਜਿਹੜੀ ਸਰਕਾਰ ਸੁੱਤੀ ਹੋਈ ਚਾਹੇ ਚੰਨੀ ਦੀ ਚਾਹੇ ਉਹ ਸਾਡੀ ਭਾਜਪਾ ਦੀ, ਉਹ ਸਰਕਾਰਾਂ ਨੂੰ ਚੁਕਾਉਣ ਲਈ ਅੱਜ ਹਿੰਦੂ ਇੱਕ ਮੰਚ 'ਤੇ ਖੜਾ ਹੋਇਆ। ਸਰਕਾਰ ਨੂੰ ਸਰਕਾਰ ਕੋਲੋਂ 212 ਕਰੋੜ ਕਾਸ ਜਿਹੜਾ ਇਕੱਠਾ ਹੋਇਆ ਹੋਇਆ, ਮੈਂ ਇਹ ਪੁੱਛਣਾ ਚਾਹੁੰਦਾ ਵਾ ਉਹ ਕਿੱਥੇ ਹੈ, ਉਹ ਕਿੱਥੇ ਹੈ? ਸਾਰੀ ਸਰਕਾਰਾਂ ਖਾ ਰਹੀਆਂ ਵਾ, ਜੇ ਇਹਨਾਂ ਕੋਲ ਆਰਟੀਆਈ ਪਾ ਕੇ ਕੋਈ ਜਵਾਬ ਮੰਗੋ, ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ। ਅੱਜ ਹਿੰਦੂ ਸਮਾਜ ਇੱਕ ਮੰਚ 'ਤੇ ਹੋ ਗਿਆ ਔਰ ਜਿਹੜੀ ਹਿੰਦੂ ਵੋਟ ਹੈ ਉਹ ਹੁਣ ਹਿੰਦੂ ਸਮਾਜ ਸੋਚ ਕੇ ਪਾਏਗਾ, ਜਿਹੜਾ ਹਿੰਦੂਆਂ ਨਾਲ ਖੜੇਗਾ ਉਹਨੂੰ ਉਹਦੀ ਵੋਟ ਪਾਏਗਾ। ਅੱਜ ਹਿੰਦੂ ਸਮਾਜ ਇਕੱਠਾ ਹੋ ਗਿਆ, ਇੱਕ ਛੋਟਾ ਜਿਹਾ ਟੇਲਰ ਆ, ਇਹ ਸਾਨੂੰ ਬੜੀ ਖੁਸ਼ੀ ਆ। ਲੁਧਿਆਣੇ ਦਾ ਪੂਰਾ ਹਿੰਦੂ ਸਮਾਜ ਅੱਜ ਇੱਕ ਮੰਚ ਤੇ ਬੈਠਿਆ, ਪਾਰਟੀਬਾਜ਼ੀ ਛੱਡ ਕੇ, ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਰਐਸਐਸ, ਸਾਰੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਨੇ। ਇਹ ਇੱਕ ਸ਼ੁਰੂਆਤ ਹੈ, ਅੱਜ ਇਹ ਅਲੱਗ ਸਟਾਰਟ ਹੋ ਗਈ, ਇਹ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਜਾਵੇਗੀ। ਜੋ ਹਿੰਦੂਆਂ ਨਾਲ ਬੇਇਨਸਾਫ ਮਿਲਦਾ ਜਾ ਰਿਹਾ, ਧੱਕਾ ਹੋ ਰਿਹਾ, ਉਹਨੂੰ ਚੱਕਣ ਵਾਸਤੇ ਅੱਜ ਹਿੰਦੂ ਸਮਾਜ ਇਕੱਠਾ ਹੋ ਗਿਆ। ਇਹ ਇੱਕ ਛੋਟੀ ਜਿਹੀ ਮਿਸਾਲ ਜਿਹੜੀ ਇਹ ਪੂਰੇ ਪੰਜਾਬ ਦੇ ਵਿੱਚ ਸਾਰੇ ਹਿੰਦੂਆਂ ਨੂੰ ਇਕੱਠੇ ਕਰਕੇ ਜਲਦੀ ਇਹਦਾ ਰਿਜ਼ਲਟ ਨਿਕਲੇਗਾ।